ਸਤਿ ਸ਼੍ਰੀ ਅਕਾਲ ਮੇਰੇ ਵੀਰਾਂ ਨੂੰ। ਅੱਜ ਅਸੀਂ ਸਾਡਾ ਕੈਂਪ ਜਿਹੜਾ ਵਾ ਉਹ ਸਮਾਪਤ ਹੋ ਚੁੱਕਿਆ ਹੈ NCC ਦਾ। ਅਸੀਂ ਜਿਹੜਾ ਰੋਪੜ ਕੈਂਪ ਲਾਇਆ ਸੀ ਅਤੇ ਇਸ ਕੈਂਪ ਦੇ ਵਾਸਤੇ ਜਿਹੜੇ ਮੇਰੇ ਵੀਰ ਬਹੁਤ ਹੀ ਚਾਅ ਰੱਖ ਕੇ ਇੰਜੋਏ ਕਰਨ ਆਉਂਦੇ ਆ ਕਿ ਅਸੀਂ ਇਹ ਕੈਂਪ ਦੇ ਵਿੱਚ ਜਿਸ ਤਰ੍ਹਾਂ ਕਰਾਂਗੇ, ਇੱਦਾਂ ਜ਼ਿੰਦਗੀ ਜੀਵਾਂਗੇ, ਸਵੇਰੇ ਜਿੰਨੇ ਵਜੇ ਉੱਠਾਂਗੇ, ਉਹ ਕਿਸ ਤਰ੍ਹਾਂ ਆਪਣੇ ਜੀਵਨ ਨੂੰ ਬਦਲ ਕੇ ਜਾਂਦੇ ਆ ਅਤੇ ਉਹ ਸਾਰੇ ਕੈਂਪ ਦੀ ਅਸਲੀਅਤ ਜਿਹੜੀ ਹੈ ਇਹ ਮੇਰਾ ਵੀਰ ਵਰਿੰਦਰ ਨਾਹਰ ਜਿਹੜਾ ਹੈ ਉਹ ਪੇਸ਼ ਕਰਨ ਜਾ ਰਿਹਾ ਹੈ। ਜੈ ਹਿੰਦ ਜੀ। ਉਹ ਯਾਰ ਉਹ ਕੈਂਪ ਵਿੱਚ ਪਹਿਲਾ ਦਿਨ ਬਾਲਾ ਚੰਗਾ ਲੰਘਿਆ, ਰਾਤੀ ਦੂਜੇ ਦਿਨ ਹੀ ਪਰੇਟ ਮੰਦਾ ਸਾਰਿਆਂ ਦਾ ਲੱਗਿਆ। ਉਹ ਥੱਕੇ ਟੁੱਟੇ ਸਾਰੇ ਕਰਨ ਪਰੇਟ ਜੀ, ਥੱਕੇ ਟੁੱਟੇ ਸਾਰੇ ਕਰਨ ਪਰੇਟ ਜੀ, ਉਹ ਸਾਰੇ ਸੋਚਦੇ ਨੇ ਕੈਂਪ ਸਾਡਾ ਐਵੇਂ ਲੱਗਿਆ। ਉਹ ਸਾਨੂੰ ਪਤਾ 10 ਦਿਨ ਸਾਡੇ ਕਿੱਦਾਂ ਲੰਘਿਆ, ਅਤੇ ਘਰ ਆਖਦੇ ਹਾਂ ਕੈਂਪ ਬੜਾ ਚੰਗਾ ਲੱਗਿਆ। ਉਹ ਸਾਨੂੰ ਪਤਾ 10 ਦਿਨ ਸਾਡੇ ਕਿੱਦਾਂ ਲੰਘਿਆ, ਅਤੇ ਘਰ ਆਖਦੇ ਹਾਂ ਕੈਂਪ ਬੜਾ ਚੰਗਾ ਲੱਗਿਆ। ਉਹ ਖਾਣ ਪੀਣ ਦਾ ਤਾਂ ਇੱਥੇ ਪੂਰਾ ਪ੍ਰਬੰਧ, ਪਰ ਨਹਾਉਣ ਧੋਣ ਵੱਲੋਂ ਹੱਥ ਤੰਗ ਸੀ। ਉਹ ਨਹਾਉਣ ਲੱਗਿਆ ਸੀ ਜਦੋਂ ਪਾਣੀ ਚਲੇ ਜਾਂਦਾ, ਇਸੇ ਗੱਲ ਦੀ ਤਾਂ ਯਾਰੋ ਮੰਗ ਸੀ। ਗੱਲ ਗਾਲੀ ਉੱਤੇ ਯਾਰੋ ਕਰਾ ਲੈਂਦੇ ਬੈਂਡ, ਗੱਲ ਗਾਲੀ ਉੱਤੇ ਯਾਰੋ ਕਰਾ ਲੈਂਦੇ ਬੈਂਡ। ਗੁਰਧਰਮ ਸੰਧੂ ਵੀ ਯਾਰੋ ਰੋਣ ਲੱਗਿਆ। ਉਹ ਸਾਨੂੰ ਪਤਾ 10 ਦਿਨ ਸਾਡੇ ਕਿੱਦਾਂ ਲੰਘਿਆ, ਅਤੇ ਘਰ ਆਖਦੇ ਹਾਂ ਕੈਂਪ ਬੜਾ ਚੰਗਾ ਲੱਗਿਆ। ਉਹ ਸਾਨੂੰ ਪਤਾ 10 ਦਿਨ ਸਾਡੇ ਕਿੱਦਾਂ ਲੰਘਿਆ, ਅਤੇ ਘਰ ਆਖਦੇ ਹਾਂ ਕੈਂਪ ਬੜਾ ਚੰਗਾ ਲੱਗਿਆ। ਉਹ ਵਰਿੰਦਰ ਨਾਹਰ ਗੋਂਦਵਾਲੀਏ ਨੇ ਗਾਣਾ ਸੀ ਬਣਾਇਆ, ਬੈਠ ਯਾਰਾਂ ਨਾਲ ਆਪਣੇ ਹੀ ਰੂਮ 'ਚ। ਉਹ ਪੂਰੇ 10 ਦਿਨ ਯਾਰਾਂ ਨਾਲ ਲੁੱਟੇ ਸੀ ਨਜ਼ਾਰੇ, ਨਾਲੇ ਕੀਤਾ ਸੀਗਾ ਫਨ ਯਾਰੋ ਰੂਮ 'ਚ। ਉਹ ਵੇਖ ਕੇ ਹਾਲਾਤ ਯਾਰੋ ਕੈਂਪ ਦੇ, ਉਹ ਵੇਖ ਕੇ ਹਾਲਾਤ ਯਾਰੋ ਕੈਂਪ ਦੇ, ਵਰਿੰਦਰ ਨਾਹਰ ਤੁਹਾਨੂੰ ਲਿਖ ਕੇ ਸੁਣਾਉਣ ਲੱਗਿਆ। ਉਹ ਸਾਨੂੰ ਪਤਾ 10 ਦਿਨ ਸਾਡੇ ਕਿੱਦਾਂ ਲੰਘਿਆ, ਅਤੇ ਘਰ ਆਖਦੇ ਹਾਂ ਕੈਂਪ ਬੜਾ ਚੰਗਾ ਲੱਗਿਆ। ਉਹ ਸਾਨੂੰ ਪਤਾ 10 ਦਿਨ ਸਾਡੇ ਕਿੱਦਾਂ ਲੰਘਿਆ, ਅਤੇ ਘਰ ਆਖਦੇ ਹਾਂ ਕੈਂਪ ਬੜਾ ਚੰਗਾ ਲੱਗਿਆ। ਜੈ ਹਿੰਦ ਜੀ, ਬਹੁਤ ਬਹੁਤ ਧੰਨਵਾਦ।